ਸਿੰਘ ਸਟਾਈਲ ਦੇ ਸਟਾਰ ਟ੍ਰੇਨਿੰਗ ਸੈਂਟਰ ਰਜਿਸਟਰਡ ਬਠਿੰਡਾ ਔਰ ਸਰਦਾਰੀਆਂ ਟਰੱਸਟ ਪੰਜਾਬ ਔਰ ਅਕਾਲ ਚੈਨਲ ਦੇ ਵੱਲੋਂ ਇੱਕ ਮਹਾਨ ਉਪਰਾਲਾ ਕੀਤਾ ਗਿਆ ਦਸਤਾਰ ਕੱਪ 2018 ਜੋ ਕਿ 22 ਅਪ੍ਰੈਲ 2018 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸ਼੍ਰੀ ਹਾਜੀ ਰਤਨ ਸਾਹਿਬ ਨੇੜੇ ਦਾਣਾ ਮੰਡੀ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ। ਸੋ ਇਸ ਦਸਤਾਰ ਕੱਪ ਦੇ ਵਿੱਚ ਨੌਜਵਾਨ ਵੀਰ ਅਤੇ ਭੈਣਾਂ ਮੁਕਾਬਲੇ ਦੇ ਵਿੱਚ ਹਿੱਸਾ ਲੈ ਸਕਦੇ ਨੇ ਔਰ ਵੀਰ ਜਿਹੜੇ ਆ ਜੋ ਇਨਾਮ ਜਿੱਤੇਗਾ ਉਸਨੂੰ ਪਹਿਲਾ ਇਨਾਮ 21,000 ਰੁਪਈਆ ਔਰ ਨਾਲ ਇੱਕ ਦਸਤਾਰ ਕੱਪ ਔਰ ਦੂਸਰਾ ਪ੍ਰਾਈਜ਼ ਜਿਹੜਾ ਹੈਗਾ 11,000 ਰੁਪਈਆ ਔਰ ਤੀਸਰਾ ਇਨਾਮ ਜਿਹੜਾ ਗਾ 5,100 ਰੁਪਏ ਦਿੱਤਾ ਜਾਵੇਗਾ ਔਰ ਜਿਹੜੀਆਂ ਭੈਣਾਂ ਹਿੱਸਾ ਲੈ ਰਹੀਆਂ ਨੇ ਉਹਨਾਂ ਵਾਸਤੇ ਪਹਿਲਾ ਇਨਾਮ ਜਿਹੜਾ 11,000 ਰੁਪਈਆ ਔਰ ਨਾਲ ਇੱਕ ਦਸਤਾਰ ਕੱਪ ਔਰ ਦੂਸਰਾ ਇਨਾਮ ਜਿਹੜਾ 5,100 ਰੁਪਈਆ ਔਰ ਤੀਸਰਾ ਇਨਾਮ ਜਿਹੜਾ 2,100 ਰੁਪਇਆ ਦੇ ਕੇ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੋ ਇਸ ਦਸਤਾਰ ਕੱਪ ਦੇ ਵਿੱਚ ਪੰਜਾਬ ਤੋਂ ਵੱਖ ਵੱਖ ਇੰਟਰਨੈਸ਼ਨਲ ਦਸਤਾਰ ਕੋਚ ਔਰ ਦਮਾਲਾ ਕੋਚ ਪਹੁੰਚ ਰਹੇ ਨੇ। ਸੋ ਸਾਰੀ ਸਿੱਖ ਸੰਗਤ ਨੂੰ ਬੇਨਤੀ ਆ, ਸੋ ਇਸ ਦਸਤਾਰ ਕੱਪ ਦੇ ਵਿੱਚ ਸਾਰੇ ਨੌਜਵਾਨ, ਸਾਰੀਆਂ ਨੌਜਵਾਨ ਭੈਣਾਂ ਸਾਰਿਆਂ ਨੂੰ ਬੇਨਤੀ ਹੈ ਇਸ ਕੱਪ ਦੇ ਵਿੱਚ ਹਿੱਸਾ ਲਓ ਔਰ ਬਣਦੇ ਹੋਏ ਵੱਡੇ ਇਨਾਮਾਂ ਦਾ ਹਿੱਸੇਦਾਰ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।